ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਜੀ ਸੋ ਸੈਪਟੈਂਬਰ ਇਨਟੇਕ ਦੇ ਉੱਪਰ ਫੋਕਸ ਕਰਾਂਗੇ ਅੱਜ ਤੁਸੀਂ ਸੋਚੋਗੇ ਕਿ ਹਲੇ ਤਾਂ 2024 ਦੀ ਸ਼ੁਰੂਆਤ ਵੀ ਨਹੀਂ ਹੋਈ ਤੇ ਆਪਾਂ ਸੈਪਟੈਂਬਰ ਇਨਟੇਕ ਦੀ ਗੱਲ ਕਿਉਂ ਕਰ ਰਹੇ ਹਾਂ ਸੋ ਜਿਹੜੇ ਸਟੂਡੈਂਟਸ ਹਰ ਇੱਕ ਚੀਜ਼ ਤੋਂ ਅਵੇਅਰ ਨੇ ਉਹਨਾਂ ਨੂੰ ਪਤਾ ਹੈ ਕਿ ਜਨੂਅਰੀ ਇਨਟੇਕ ਆਲਮੋਸਟ ਫੁੱਲ ਹੋ ਚੁੱਕੀ ਆ ਮਈ ਇਨਟੇਕ ਲਈ ਵੀ ਬਹੁਤ ਹੀ ਘੱਟ ਸੀਟਸ ਬਚੀਆਂ ਔਰ ਹੁਣ ਸਟੂਡੈਂਟਸ ਸੈਪਟੈਂਬਰ ਇਨਟੇਕ ਦੇ ਲਈ ਅਪਲਾਈ ਕਰ ਰਹੇ ਨੇ ਸੋ ਕਾਫੀ ਖਾਸ ਗੱਲਾਂ ਅੱਜ ਤੁਹਾਨੂੰ ਦੱਸਾਂਗੇ ਜੀ ਇਸ ਵੀਡੀਓ ਦੇ ਜ਼ਰੀਏ ਸਵਾਗਤ ਹੈ ਜੀ ਕੇ ਸਪਟੰਬਰ ਇਨਟੇਕ ਤੇ ਫੋਕਸ ਕਰਦੇ ਹੋਏ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਕੈਨੇਡਾ ਹੈਡ ਨਵਦੀਪ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਸੋ ਨਵਦੀਪ ਜੀ ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਇੱਕ ਕਲੈਰਿਟੀ ਜ਼ਰੂਰ ਦੋ ਕਿਉਂ ਅੱਜ ਆਪਾਂ ਸਪਟੰਬਰ ਇਨਟੇਕ ਦੀ ਗੱਲ ਕਰ ਰਹੇ ਹਾਂ 2024 ਦੀ ਹਾਲੇ ਸ਼ੁਰੂਆਤ ਨਹੀਂ ਹੋਈ ਪਰ ਸਪਟੰਬਰ ਇਨਟੇਕ ਤੇ ਹੁਣੇ ਤੋਂ ਫੋਕਸ ਕਿਉਂ ਕੀਤਾ ਜਾ ਰਿਹਾ ਹੈ ਔਰ ਅਵੇਲੇਬਿਲਿਟੀ ਦੀ ਕੋਰਸੇਜ਼ ਦੀ ਸੀਟਸ ਦੀ ਗੱਲ ਕਰੀਏ ਤਾਂ ਕਿਵੇਂ ਦੇ ਅ ਦੇਖੋ ਸਪਟੰਬਰ ਇਨਟੇਕ ਦੇ ਵਿੱਚ 메ਜਰ ਇਨਟੇਕ ਹੈ ਠੀਕ ਹੈ ਜਿੰਨੇ ਵੀ ਟੈਕਨੀਕਲ ਪ੍ਰੋਗਰਾਮਸ ਹੁੰਦੇ ਆ ਮੋਸਟਲੀ ਜੇ ਆਪਾਂ ਗੱਲ ਕਰੀਏ ਮੈਡੀਕਲ ਬੈਕਗਰਾਉਂਡ ਦੇ ਰਿਲੇਟਡ ਜਾਂ ਟੈਕਨੀਕਲ ਨਾਨ ਮੈਡੀਕਲ ਬੈਕਗਰਾਉਂਡ ਦੇ ਰਿਲੇਟਡ ਸੋ ਮੋਸਟਲੀ ਸਟੂਡੈਂਟਸ ਨੂੰ ਸਪਟੰਬਰ ਦੇ ਵਿੱਚ ਵੱਧ ਤੋਂ ਵੱਧ ਆਪਸ਼ਨਸ ਮਿਲਦੀਆਂ ਹੈਗੀਆਂ ਠੀਕ ਹੈ ਕਿਉਂਕਿ ਸਪਟੰਬਰ 메ਜਰ ਇਨਟੇਕ ਹੁੰਦਾ ਉਸ ਤੋਂ ਬਾਅਦ ਜਨਵਰੀ ਹੈ ਦੈਨ ਮਈ ਇਨਟੇਕ ਆ ਮਈ ਇਨਟੇਕ ਦੇ ਵਿੱਚ ਬਹੁਤ ਲਿਮਿਟਡ ਸੀਟਸ ਹੁੰਦੀਆਂ ਹੈਗੀਆਂ ਛੋਟਾ ਇਨਟੇਕ ਹੁੰਦਾ ਹੈਗਾ ਸੋ ਮਾਈਨ ਟੇਕ ਦੀ ਅਵੇਲੇਬਿਲਟੀ ਹੈ ਜਿਹੜੀ ਆਲਮੋਸਟ ਉਹ ਵੀ ক্লোਜ਼ ਹੀ ਹੋ ਚੁੱਕੀ ਹੈ ਜਾਂ ਫਿਰ ਸਟੂਡੈਂਟਸ ਲਈ ਬੈਚਲਰ 옵ਸ਼ਨਸ ਅਵੇਲੇਬਲ ਹੈਗਾ ਐਂਡ ਬੈਚਲਰ ਸਟੂਡੈਂਟ ਉਹੀ ਅਪਲਾਈ ਕਰਦੇ ਨੇ ਜਿਹੜਾ ਕਿ ਆਪਣਾ 3 ਟੂ 4 ইয়ারਜ਼ ਦਾ ਜਿਹੜਾ ਐਕਸਪੈਂਸ ਹੈਗਾ ਉਹ ਅਫੋਰਡ ਕਰ ਸਕਦੇ ਨੇ ਮੋਸਟਲੀ ਸਟੂਡੈਂਟ ਦੀ ਪ੍ਰੀਫਰੈਂਸ ਹੁੰਦੀ ਹੈ ਕਿ ਮੈਂ 2 ইয়ার্স ਡਿਪਲੋਮਾ ਹੀ ਅਪਲਾਈ ਕਰਨਾ ਹੈ ਜਸਟ ਬਿਕੋਜ਼ ਆਫ ਕਿ ਹਰ ਕੋਈ 4 ਇਅਰ 3 4 ਇਅਰਸ ਦਾ ਜਿਹੜਾ ਐਕਸਪੈਂਸ ਹੋ ਬੀਅਰ ਨਹੀਂ ਕਰ ਸਕਦਾ ਸੋ ਜੇ ਸਟੂਡੈਂਟਸ 2 ਇਅਰਸ ਪ੍ਰੋਗਰਾਮ ਪਲਾਨ ਕਰ ਰਹੇ ਨੇ ਐਂਡ ਉਹ ਇਹ ਨਾ ਦੇਖਣ ਕਿ ਸਤੰਬਰ ਇਨਟੇਕ ਹੈ ਹਲੇ ਬਹੁਤ ਦੂਰ ਹੈਗਾ ਸੀ ਰੁੱਕ ਕੇ ਅਪਲਾਈ ਕਰੀਏ ਠੀਕ ਹੈ ਕਿਉਂਕਿ ਬਹੁਤ ਸਾਰੇ ਕਾਲਜਿਸ ਆ ਜਿਹੜੇ ਸਤੰਬਰ ਲਈ ਆਲਰੇਡੀ ਅਵੇਲੇਬਲ ਹੈ ਐਂਡ ਬਹੁਤ ਸਾਰੇ ਇਹੋ ਜਿਹੇ ਵੀ ਕਾਲਜਿਸ ਹੈਗੇ ਜਿਹੜੇ ਸਤੰਬਰ ਲਈ ਆਲਰੇਡੀ ਵੇਟ ਲਿਸਟਡ ਹੋਣ ਲੱਗ ਚੁੱਕੇ ਨੇ ਅਲਬਰਟਾ ਸਾਈਡ ਦੇ ਜੇ ਗੱਲ ਕਰੀਏ ਉੱਥੇ ਇਸ ਟਾਈਮ ਸਪਟੰਬਰ ਇਨਟੇਕ ਦੀ ਅਵੇਲੇਬਿਲਟੀ ਹੈਗੀ ਆ ਫੋਰ ਇਗਜ਼ਾਮਪਲ ਬਾਓ ਵੈਲੀ ਕਾਲਜ ਹੈ ਉਹ ਕਲੋਜ਼ ਹੋ ਚੁੱਕਿਆ ਹੈ ਐਂਡ 15th ਆਫ ਜਨਵਰੀ ਤੋਂ ਉਹਨਾਂ ਦਾ ਜਨਵਰੀ ਇਨਟੇਕ ਜਿਹੜਾ ਹੈਗਾ ਜਨਵਰੀ 2025 ਉਹ ਓਪਨ ਹੋਣ ਵਾਲਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਕਿੰਨਾ ਰਸ਼ ਹੈਗਾ ਕਿੰਨਾ ਸਟੂਡੈਂਟ ਅਪਲਾਈ ਕਰ ਰਿਹਾ ਹੈਗਾ ਸਪਟੰਬਰ ਇਨਟੇਕ ਲਈ ਕਿ ਜਿਹੜੀ ਸੀਟ ਅਵੇਲੇਬਿਲਟੀ ਹੈਗੀ ਆ ਉਹ ਬਹੁਤ ਜਲਦੀ ਏਟ ਲਿਸਟਡ ਹੋ ਰਹੀਆਂ ਹੈਗੀਆਂ ਸੋ ਸਟੂਡੈਂਟਸ ਇਹ ਬਿਲਕੁਲ ਵੀ ਨਾ ਲੈ ਕੇ ਚੱਲਣ ਕਿ ਹਲੇ ਸਪਟੰਬਰ ਇਨਟੇਕ ਨੂੰ ਟਾਈਮ ਹੈ ਹਲੇ ਅਸੀਂ ਰੁੱਕ ਕੇ ਪਲਾਨ ਕਰਾਂਗੇ ਕਿ ਅਸੀਂ ਨੈਕਸਟ ਈਅਰ ਪਲਾਨ ਕਰਾਂਗੇ ਜਾਂ ਜਨ ਚ ਜਾਂ ਫੈਬ ਚ ਦੇਖਾਂਗੇ ਸੋ ਤਦ ਤੱਕ ਤਾਂ ਜਨਵਰੀ ਦੀ ਹੋਰ ਕਾਲਜਸ ਦੀ ਵੀ ਅਵੇਲੇਬਿਲਟੀ ਆ ਜਾਣਗੀ ফর ਜਨ 25 ਜੀ 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 ਬਿਲਕੁਲ ਸੋ ਸਟੂਡੈਂਟਸ ਇਥੋਂ ਸਮਝ 사ਦੇ ਨੇ ਕਿ ਫਾਈਲਿੰਗ ਨੂੰ ਲੈ ਕੇ ਰਸ਼ ਕਿੰਨਾ ਜ਼ਿਆਦਾ ਹੈ ਕਿਸ ਤਰੀਕੇ ਨਾਲ ਫਟਾਫਟ ਜੋ ਹੈ ਇਨਟੇਕਸ ਫੁੱਲ ਹੁੰਦੇ ਜਾ ਰਹੇ ਨੇ ਕਿ ਹੁਣ ਸੈਪਟੰਬਰ ਇਨਟੇਕ ਤੇ ਵੀ ਅਗਰ ਤੁਸੀਂ ਟਾਈਮਲੀ ਫੋਕਸ ਨਹੀਂ ਕਰਦੇ ਹੋ ਤਾਂ ਉਥੋਂ ਵੀ ਤੁਹਾਡੇ ਮਨ ਚਾਹੇ ਕੋਰਸੇਜ਼ ਮਨ ਚਾਹੇ ਕਾਲਜੇਜ਼ ਵੀ ਆਪਸ਼ਨ ਕਿਤੇ ਨਾ ਕਿਤੇ ਤੁਹਾਡੇ ਹੱਥੋਂ ਜਾ ਸਕਦੀ ਹੈ ਸੋ ਟਾਈਮਲੀ ਅਗਰ ਸਹੀ ਆਪਸ਼ਨ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਸੈਪਟੰਬਰ ਇਨਟੇਕ ਬਾਰੇ ਤੁਸੀਂ ਟਾਈਮਲੀ ਡਿਸੀਜਨ ਲੋ ਸਹੀ ਟੰਗ ਨਾਲ ਤੇ ਇੱਥੇ ਸੈਪਟੰਬਰ ਇਨਟੇਕ ਤੇ ਆਪਾਂ ਜਦ ਫੋਕਸ ਕਰ ਰਹੇ ਹਾਂ ਨਵਦੀਪ ਜੀ ਕਿਹੜੀ ਕਿਹੜ ਤੁਸੀਂ ਸਪੈਸ਼ਲੀ ਕਿਉਂਕਿ ਸੈਪਟੈਂਬਰ ਇਨਟੇਕ ਜਿਵੇਂ ਤੁਸੀਂ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਇੱਕ ਵੱਡਾ ਇਨਟੇਕ ਕੈਨੇਡਾ ਲਈ ਸਟੂਡੈਂਟ ਸਮਝਦੇ ਨੇ ਕਿ ਮੇਜਰ ਇਨਟੇਕ ਦੇ ਤੌਰ ਤੇ ਦੇਖਿਆ ਜਾਂਦਾ ਹੈ ਤਾਂ ਇੱਥੇ ਕਿਹੜੇ-ਕਿਹੜੇ ਫੀਲਡ ਵਾਲੇ ਸਟੂਡੈਂਟਸ ਨੂੰ ਤੁਸੀਂ ਕਹੋਗੇ ਕਿ ਬਹੁਤ ਜਲਦੀ ਹਾਲਾਂਕਿ ਤੁਸੀਂ ਸ਼ੁਰੂਆਤ ਵਿੱਚ ਵੀ ਕਈ ਤਰ੍ਹਾਂ ਦੀ ਜਾਣਕਾਰੀ ਸ਼ੇਅਰ ਕੀਤੀ ਹੈ ਪਰ ਫਿਰ ਵੀ ਕਿਹੜੇ ਸਟੂਡੈਂਟਸ ਨੂੰ ਫੋਕਸ ਕਰਕੇ ਕਹਿਣਾ ਚਾਹੋਗੇ ਕਿ ਤੁਸੀਂ ਦੇਰੀ ਬਿਲਕੁਲ ਨਾ ਕਰੋ ਕੋਰਸੇ ਉਹਨਾਂ ਦੇ ਮਨ ਚਾਹੇ ਹੱਥੋਂ ਨਿਕਲ ਸਕਦੇ ਨੇ Uh, जी लाइक बीटेक होल्डर स्टूडेंट्स है जिन्हों के बी टैक आई टी है बी टैक् स ठीक है स्टूडेंट की प्रैफरेंस हैगी है कि मेन सिटीज़ प्रेफर रहे ने. Uh, कर रहे हैं इस टाइम जो गल करिए टू ईयरस पोस्ट ग्रैजुएट लैवल से प्रोग्राम्स है विद अप टू टू ईयरस लॉयलिस कॉलेज है इस टाइम अवेलेबल है लैमटन कॉलेज है सितंबर इन टेक अवेलेबल है ठीक है सो स्टूडेंट अपलाई कर सकते ने मेडिकल बैकग्राउंड से स्टूडेंट की प्रेफरेंस होंगी कि अभी प्रैक्टिकल नर्सिंग लिए अपलाई करना है प्रैक्टिकल नर्सिंग प्रोग्राम सितंबर इनटेकली अवेलेबल है सो बैकग्राउंड लिए होर भी बहुत सारे ऑप्शन है जिड़े विदाउट मैथ्स ऑप्शन की गल करिए भी अवेलेबल है लाइक फिटनेस एंड हैल्थ प्रमोशन का प्रोग्राम है ऑफिस एडमिनिस्ट्रेशन के प्रोग्राम है गया. ਸੋ ਉਹ ਸਟੂਡੈਂਟ ਮੈਡੀਕਲ ਬੈਕਗਰਾਉਂਡ ਵਾਲੇ ਵੀ ਅਪਲਾਈ ਕਰ ਸਕਦੇ ਨੇ ਫਿਰ ਨਾਨ ਮੈਡੀਕਲ ਬੈਕਗਰਾਉਂਡ ਸਟੂਡੈਂਟਸ ਦੇ ਸਟੂਡੈਂਟ ਦਾ ਪ੍ਰੇਫਰੈਂਸ ਹੈਗਾ ਹੈ ਪਰਟੀਕੂਲਰ ਮੈਕੈਨੀਕਲ ਦਾ ਰਿਲੇਟਡ ਕਈ ਪ੍ਰੋਗਰਾਮਸ ਹੁੰਦੇ ਨੇ ਜਿਹੜੇ ਸਪੈਸ਼ਲਾਈਜ਼ਡ ਪ੍ਰੋਗਰਾਮਸ ਹੈਗੇ ਲਾਈਕ ਮੋਟਿਕ ਪਾਵਰ ਟੈਕਨੀਸ਼ੀਅਨ ਦਾ ਪ੍ਰੋਗਰਾਮ ਹੈਗਾ ਉਹ ਫਰਦਰ ਸਪਟੰਬਰ ਜਾਂ ਜਨਵਰੀ ਇਨਟੇਕ ਚ ਹੁੰਦਾ ਮੈਨ ਇਨਟੇਕ ਪ੍ਰੋਗਰਾਮ ਅਵੇਲੇਬਲ ਨਹੀਂ ਹੈਗਾ ਵਿਦ ਕੋਆਪ ਹੈ ਕੋਆਪ ਦੇ ਨਾਲ ਵੀ ਕਾਫੀ ਸਾਰੇ ਸਟੂਡੈਂਟ ਨੂੰ ਆਪਸ਼ਨਸ ਜਿਹੜੀਆਂ ਸਪਟੰਬਰ ਇਨਟੇਕ ਦੇ ਵਿੱਚ ਮਿਲ ਜਾਣਗੀਆਂ ਸੋ ਨਾਨ ਮੈਡੀਕਲ ਐਂ ਬੀਟੈਕ ਹੋਲਡਰਸ ਨੇ ਉਹ ਇਸ ਟਾਈਮ ਆਪਣਾ ਅਪਲਾਈ ਕਰ ਸਕਦੇ ਨੇ ਸਪਟੰਬਰ ਇਨਟੇਕ ਲਈ ਜੀ ਠੀਕ ਹੈ ਬਿਲਕੁਲ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਢੰਗ ਨਾਲ ਨਵਦੀਪ ਜੀ ਨੇ ਪੂਰੀ ਇਨਫੋਰਮੇਸ਼ਨ ਤੁਹਾਡਾ ਸ਼ੇਅਰ ਕੀਤੀ ਹੈ ਉਹ ਸਟੂਡੈਂਟਸ ਨੂੰ ਪੂਰੀ ਕਲੈਰਿਟੀ ਹੋ ਚੁੱਕੀ ਹੈ ਕਿ ਜੇਕਰ ਅਸੀਂ ਸੈਪਟੈਂਬਰ ਇਨਟੇਕ ਲਈ ਅਪਲਾਈ ਕਰਨਾ ਹੈ ਤਾਂ ਟਾਈਮਲੀ ਅਪਲਾਈ ਕਰਨਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਆਪਣਾ ਮਨ ਚਾਹਾ ਕੋਰਸ ਲੈਣਾ ਚਾਹੁੰਦੇ ਹੋ ਕੋਈ ਹੋਰ ਸਵਾਲ ਹੈ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਆਪਣੀ ਪ੍ਰੋਫਾਈਲ ਨੂੰ ਲੈ ਕੇ ਕੋਰਸੇਸ ਨੂੰ ਲੈ ਕੇ ਐਡਮਿਸ਼ਨ ਨੂੰ ਲੈ ਕੇ ਤਾਂ ਤੁਸੀਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਲੈਂਡਮਾਰਕ ਇਮੀਗ੍ਰੇਸ਼ਨਸ ਐਸਓਪਰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਚੰਗਾ ਹੋਵੇਗਾ ਜੇ ਲੈ ਕੇ ਆਏ ਹੋ ਤਾਂ ਕਿ ਅਸੈਸਮੈਂਟ ਤੋਂ ਬਾਅਦ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਤੇ ਤੁਸੀਂ ਬੜੇ ਸਮੂਥਲੀ ਆਪਣਾ ਪ੍ਰੋਸੈਸ ਕੰਪਲੀਟ ਕਰਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ ਬਹੁਤ ਬਹੁਤ ਥੈਂਕਸ ਨਵਦੀਪ ਜੀ ਤੁਸੀਂ ਇਹ ਡਿਟੇਲ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਸੈਪਟੈਂਬਰ ਇਨਟੇਕ ਨੂੰ ਲੈ ਕੇ ਵੀ ਸਟੂਡੈਂਟਸ ਨੂੰ ਗਾਈਡ ਕੀਤਾ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ